ਸਾਸਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ, ਤੁਸੀਂ ਦੇਖ ਰਹੇ ਹੋ ਸਾਡਾ ਯੂਟਿਊਬ ਚੈਨਲ। ਸਬਸਕ੍ਰਾਈਬ ਕਰੋ ਤੇ ਨਾਲ ਹੀ ਆਈਕਨ ਬੈਲ ਬਟਨ ਨੂੰ ਦਬਾਓ ਤਾਂ ਕਿ ਸਾਡੀਆਂ ਸਾਰੀਆਂ ਆਉਣ ਵਾਲੀਆਂ ਵੀਡੀਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ ਅਤੇ ਅੱਜ ਅਸੀਂ ਫਿਰ ਵੀਡੀਓ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਰੇ ਦੇ ਨਾਲ, ਆਪਣੇ ਨਵੇਂ ਸਟੂਡੈਂਟਸ ਦੇ ਨਾਲ। ਸਟੂਡੈਂਟਸ ਤਾਂ ਸਾਡੇ ਕਾਫੀ ਪਾਸ ਹੋਏ ਸੀ ਪਿਛਲੇ ਇਹੀ ਸਮੇਂ ਦੌਰਾਨ ਕਿ ਸਾਡੀ ਵੀਡੀਓ ਨਹੀਂ ਤੁਹਾਨੂੰ ਪਹੁੰਚ ਸਕੀ, ਕੁਛ ਕਾਰਨ ਕਰਕੇ ਕਿ ਅਸੀਂ ਬਿਜ਼ੀ ਸੀਗੇ। ਜਿੱਦਾਂ ਕਿ ਅਸੀਂ ਆਪਣੀ ਨਵੀਂ ਓਪਨਿੰਗ ਕੀਤੀ ਆ ਅਨਕੋਰਨਾ ਨਵੇਂ ਆਫਿਸ ਦੀ, ਨੀਟ ਐਂਡ ਬ੍ਰਦਰਸ ਟਰੈਵਲ ਏਜੰਸੀ ਅਤੇ ਆਪਣਾ ਸਕੂਲ, ਜਿਹੜੀ ਕਿ ਅਸੀਂ ਆਪਣੇ ਫੇਸਬੁੱਕ ਜਿਹੜਾ ਪੇਜ ਹੈ ਸਾਡਾ ਨੀਟ ਇਟਾਲੀਅਨ ਡਰਾਈਵ ਲਾਇਸੈਂਸ 'ਤੇ ਅਸੀਂ ਲਾਈਵ ਸਾਰਿਆਂ ਨਾਲ ਗੱਲ ਕੀਤੀ ਸੀ ਅਤੇ ਆਪਣੀ ਵੀਡੀਓ ਵੀ ਸ਼ੇਅਰ ਕੀਤੀ ਸੀਗੀ। ਉਸ ਦੇ ਮਤਲਬ ਵਿੱਚ ਅਸੀਂ ਤੁਹਾਨੂੰ ਵੀਡੀਓ ਨਹੀਂ ਸ਼ੇਅਰ ਕਰ ਸਕੇ ਕੁਝ ਸਟੂਡੈਂਟਸ ਦੀ, ਅਤੇ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਨਾਲ ਨਾਲ ਸਾਰੇ ਉਹ ਵੀਡੀਓਜ਼ ਉਹਨਾਂ ਦੀ ਇੰਟਰਵਿਊ ਲੈ ਕੇ ਅਤੇ ਤੁਹਾਡੇ ਤੱਕ ਸ਼ੇਅਰ ਕਰਾਂਗੇ ਅਸੀਂ। ਤਾਂ ਸੋ ਅੱਜ ਅਸੀਂ ਫੋਨ ਦੀ ਆਪਣੇ ਆਫਿਸ ਤੋਂ ਫਿਰ ਤੁਹਾਡੇ ਨਾਲ ਵੀਡੀਓ ਲੈ ਕੇ ਹਾਜ਼ਰ ਹੋਏ ਆਪਣੇ ਅੱਜ ਹੀ ਪਾਸ ਹੋਏ ਨਵੇਂ ਸਟੂਡੈਂਟਸ ਦੇ ਨਾਲ, ਨਵੀਦ ਹੁਸੈਨ ਦੇ ਨਾਲ ਤੁਹਾਨੂੰ ਅੱਜ ਮਿਲਾਉਂਦੇ ਹਾਂ ਕਿ ਅੱਜ ਉਹਨਾਂ ਨੇ ਆਪਣਾ ਜਿਹੜਾ ਟੈਸਟ ਕਲੀਅਰ ਕੀਤਾ ਹੈ। ਅਤੇ ਨਵੀਦ ਸਾਹਿਬ ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਬਹੁਤ ਬਹੁਤ ਪਹਿਲਾਂ ਤਾਂ ਮੁਬਾਰਕਾਂ। ਇਹ ਮੇਰਾ ਛੋਟਾ ਵੀਰ ਪਾਕਿਸਤਾਨ ਤੋਂ ਹੈ ਅਤੇ ਬੜਾ ਹੀ ਸਾਡਾ ਪਿਆਰਾ ਸਟੂਡੈਂਟ ਰਿਹਾ ਹੈ ਅੱਜ ਤੱਕ, ਹੁਣ ਤੱਕ ਜਿਹਨਾਂ ਵੀ ਸਟੱਡੀ ਕੀਤੀ ਇਹਨੇ, ਅਤੇ ਬੜਾ ਮਨ ਲਾ ਕੇ ਅਤੇ ਬੜਾ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ, ਸੋ ਜਿੰਨੀ ਕੁ ਅਸੀਂ ਹੈਲਪ ਕਰ ਸਕਦੀ ਸੀ ਉਹ ਤੋਂ ਵੱਧ ਆਪਾਂ ਹਰ ਸਟੂਡੈਂਟ ਦੇ ਨਾਲ ਜੁੜ ਕੇ ਰਹਿੰਦੇ ਵੀ ਜਦੋਂ ਵੀ ਕੋਈ ਸਵਾਲ ਪੁੱਛਦੇ ਨੇ ਜਾਂ ਕੋਈ ਵੀ ਕਾਰਨ ਹੁੰਦਾ ਹੈ, ਰਾਤ ਲਾ ਲਓ ਦਿਨੇ ਲਾ ਲਓ। ਤਾਂ ਸੋ ਅਸੀਂ ਸਾਰੇ ਸਟੂਡੈਂਟਸ ਦੇ ਜੋ ਵੀ ਮਸਲੇ ਹੁੰਦੇ ਨੇ ਉਹਨਾਂ ਨੂੰ ਹੱਲ ਕਰੀਦਾ, ਸੂਬੇ ਤੋਂ ਕਰਨ ਦੀ ਕੋਸ਼ਿਸ਼ ਕਰੀਦੀ ਆ। ਅਤੇ ਅਸੀਂ ਮਾਫ਼ੀ ਚਾਹੁੰਦੇ ਹਾਂ, ਕਈ ਵਾਰ ਸਾਡੇ ਕੋਲ ਕੰਮ ਦਾ ਹੋ ਸਕਦਾ ਵੀ ਕਿਸੇ ਅਸੀਂ ਇੱਧਰ ਉੱਧਰ ਹੋਈਏ ਅਤੇ ਜਵਾਬ ਨਹੀਂ ਦਿੱਤਾ ਜਾਂਦਾ। ਵੈਸੇ ਅਸੀਂ ਸਾਰੇ ਸਟੂਡੈਂਟਸ ਦੇ ਆਪਣੇ ਜਿਹੜੇ ਜਵਾਬ ਨੇ ਉਸੇ ਵੇਲੇ ਅਸੀਂ ਵਟਸਐਪ 'ਤੇ ਦਿੰਦੇ ਹਾਂ, ਅਤੇ ਉਹ ਤੁਹਾਨੂੰ ਦੱਸਣਗੇ ਅੱਜ ਕਿ ਉਹਨਾਂ ਨੇ ਨੀਟ ਇਟਾਲੀਅਨ ਡਰਾਈਵਿੰਗ ਲਾਇਸੈਂਸ ਤੋਂ ਕੋਚਿੰਗ ਕਲਾਸਾਂ ਲੈ ਕੇ ਅਤੇ ਕਿਵੇਂ ਦਾ ਸਫ਼ਰ ਰਿਹਾ ਉਹਨਾਂ ਦਾ। ਨਵੀਦ ਸਾਹਿਬ ਦੱਸੋ ਅੱਜ ਪੇਪਰ ਦਾ ਹੁਣ ਤੱਕ ਦਾ ਤੁਹਾਡਾ ਸਫ਼ਰ ਕਿੱਦਾਂ ਹੋਇਆ, ਕਿਵੇਂ ਦਾ ਲੱਗ ਰਿਹਾ ਤੁਹਾਨੂੰ ਪੇਪਰ ਪਾ ਕੇ? ਬਹੁਤ ਖੁਸ਼ੀ ਹੋਈ ਆ, ਸਹੀ ਗੱਲ ਆ, ਪਾਸ ਹੋ ਗਏ। ਅਤੇ ਸਲਾਮ ਵਾਲੇ ਸਭਾ ਨੂੰ, ਅਤੇ ਮੈਂ ਉਹ ਹੀ ਕਹਿਣਾ ਚਾਹੁੰਦਾ ਕਿ ਤੁਹਾਨੂੰ ਕਿ ਸਾਡੇ ਉਸਤਾਦ ਹੋ ਗਏ ਇਹ ਨੀਟਾ ਵੀਰ, ਉਸਤਾਦ ਰੂਮੀ, ਹੋਰ ਵੀ ਸਾਡੇ ਇਹਨਾਂ ਦਾ ਗਰੁੱਪ ਆ ਇੱਕ, ਅਤੇ ਸਾਡੇ ਚੰਗੇ ਰਹੇ ਆ ਸਰ ਮੇਰੇ ਨਾਲ, ਅਤੇ ਇਹਨਾਂ ਮੈਨੂੰ ਆਪਣਾ ਛੋਟਾ ਭਾਈ ਸਮਝ ਕੇ ਮੈਨੂੰ ਪੜ੍ਹਾਇਆ ਹੋਇਆ ਇੱਥੇ, ਅਤੇ ਜਿਹੜਾ ਬਹੁਤ ਇਹਨਾਂ ਮਿਹਨਤ ਮੈਨੂੰ ਕਰਵਾਈ ਆ। ਅਤੇ ਬਸ ਮੈਂ ਉਹ ਕੁਛ ਹੀ ਨਹੀਂ ਕਹਿਣਾ ਚਾਹੁੰਦਾ, ਅਤੇ ਮੈਂ ਉਹੀ ਕਹਿਣਾ ਚਾਹੁੰਦਾ ਕਿ ਜਿਹੜਾ ਨਾ ਜਿਹਨਾਂ ਕੋਲ ਨਹੀਂ ਮਤਲਬ ਕਿ ਜਿਹੜੇ ਕੋਈ ਜ਼ਰੀਆ ਨਹੀਂ ਹੈਗਾ ਵੀ ਲਾਇਸੈਂਸ ਜਿਹੜਾ ਕਰਨਾ ਚਾਹੁੰਦੇ ਨੇ, ਅਤੇ ਉਹ ਜਿਹੜਾ ਨਾ ਇਹਨਾਂ ਕੋਲ ਮਦਦ ਲੈ ਸਕਦੇ ਆ। ਅਤੇ ਇਹਨਾਂ ਦੀ ਇੱਕ ਵੈਬਸਾਈਟ ਔਨਲਾਈਨ ਵੀ ਹੈਗੀ, ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਘਰ ਵੀ ਤੁਸੀਂ ਬਹਿ ਕੇ ਪੜ੍ਹ ਸਕਦੇ ਹੋ। ਤੁਹਾਨੂੰ ਕਿਵੇਂ ਦਾ ਉਹਦਾ ਕਾਫੀ ਹੈਲਪਫੁੱਲ ਹੋਇਆ ਤੁਹਾਡੇ ਵਾਸਤੇ? ਤੁਸੀਂ ਕਲਾਸਾਂ ਵੀ ਲਾਉਂਦੇ ਰਹੇ ਆ ਕੇ, ਮੈਂ ਕਲਾਸ ਦੁਬਾਰਾ ਤੁਹਾਨੂੰ ਰਿਵੀਜ਼ਨ ਕਰਦੇ ਸੀਗੇ, ਉਹ ਤੁਹਾਨੂੰ ਡਬਲ ਫਾਇਦਾ ਹੋਇਆ ਇਸ ਚੀਜ਼ ਦਾ? ਮੈਨੂੰ ਡਬਲ ਫਾਇਦਾ, ਮੈਂ ਰਾਤ ਨੂੰ ਇੱਥੇ ਸ਼ਾਮ ਨੂੰ ਇੱਥੇ ਕਲਾਸਾਂ ਲਾਉਣ ਆਉਂਦਾ ਸੀ, ਅਤੇ ਰਾਤ ਨੂੰ ਘਰ ਮੈਂ ਔਨਲਾਈਨ ਜਿਹੜਾ ਨਾ ਇਹਨਾਂ ਕੋਲੋਂ ਫਾਇਦਾ ਉਠਾਇਆ ਇਹਨਾਂ ਦੀ ਵੈਬਸਾਈਟ ਤੋਂ। ਅਤੇ ਤੁਸੀਂ ਸਕੂਲ ਵੀ ਪੜ੍ਹਦੇ ਜਾਂਦੇ, ਪੜ੍ਹਾਈ ਵੀ ਕਰਦੇ ਤੁਸੀਂ ਇੱਥੇ? ਇੱਥੇ ਮੈਂ ਸਕੂਲ ਵੀ ਪੜ੍ਹਦਾ ਹਾਂ। ਕਿੱਥੋਂ ਤੱਕ ਅੱਜ ਤੱਕ ਸਟੱਡੀ ਕਰ ਲਈ ਤੁਸੀਂ? ਮੈਂ ਇੱਥੇ ਸੁਪਰੀਓਰੇ ਕਰਦਾ ਪਿਆ। ਸੁਪਰੀਓਰੇ ਕਰਦੇ ਪਏ, ਨਾਲ ਨਾਲ ਦੇ ਕੰਮ ਵੀ ਕਰ ਰਹੇ ਤੁਸੀਂ? ਨਾਲ ਕੰਮ ਹੀ ਕਰਦਾ ਵਾਂ, ਅਤੇ ਜਦੋਂ ਤੁਹਾਡਾ ਫ੍ਰੀ ਦਾ ਟਾਈਮ ਹੈ ਅਤੇ ਤੁਸੀਂ ਸਟੱਡੀ ਵੀ ਕੀਤੀ? ਬਹੁਤ ਸਟੱਡੀ ਜਿਹੜਾ, ਅਤੇ ਦੇਖੋ ਕਿੰਨੇ ਮਤਲਬ ਕਿੰਨਾ ਮਿਹਨਤੀ ਇਨਸਾਨ ਹੈ ਉਹ, ਕਿ ਬੰਦਾ ਪੜ੍ਹ ਵੀ ਰਿਹਾ ਹੈ, ਕੰਮ ਵੀ ਕਰ ਰਿਹਾ, ਆਪਣੇ ਮਾਂ ਪਿਓ ਦੀ ਹੈਲਪ ਵੀ ਕਰ ਰਿਹਾ ਨਾਲ ਦੀ ਨਾਲ, ਅਤੇ ਅੱਜ ਉਹਨਾਂ ਨੇ ਲਾਇਸੈਂਸ ਵੀ ਜਿਹੜਾ ਕਲੀਅਰ ਕੀਤਾ ਹੈ ਆਪਣੇ ਮਿਹਨਤ ਦੇ, ਕਿਉਂਕਿ ਜਦੋਂ ਬੰਦਾ ਮਿਹਨਤ ਕਰਦਾ ਹੈ ਤਾਂ ਮਿਹਨਤ ਦਾ ਫਲ ਉਹਨਾਂ ਨੂੰ ਜ਼ਰੂਰ ਮਿਲਦਾ ਹੈ। ਕਈ ਆਪਾਂ ਕਹਿੰਦੇ ਹਾਂ ਕੰਮ ਕਾਰਨ ਜਾਂ ਕੁਛ ਵੀ ਆ, ਪਰ ਜਿਹੜਾ ਲਾਇਸੈਂਸ ਜੇ ਤੁਸੀਂ ਅੱਜ ਕਰ ਲਓਗੇ ਜਿਹੜੇ ਇਸ ਟਾਈਮ ਦੇ ਵਿੱਚ, ਹੁਣ ਤਾਂ ਸਾਰਾ ਹੀ ਹੋ ਰਿਹਾ ਕਿ ਕਾਫੀ ਜਿਹੜੀ ਸਾਡੀ ਕੋਸ਼ਿਸ਼ ਇਹ ਰਹਿੰਦੀ ਆ ਕਿ ਅਸੀਂ ਕੋਈ ਨਾ ਕੋਈ ਨਵੀਂ ਚੀਜ਼ ਜਿਹੜੀ ਆ ਆਪਣੀ ਸੋਫਟਵੇਅਰ ਦੇ ਵਿੱਚ ਜਾਂ ਸਾਰੇ ਸਟੂਡੈਂਟਸ ਤੱਕ ਪਹੁੰਚਾਈਏ, ਕਿ ਜਿਹਦੇ ਨਾਲ ਲਾਇਸੈਂਸ ਜਿਹੜਾ ਇੱਕ ਸਾਡੇ ਵਾਸਤੇ ਵੱਡਾ ਮਸਲਾ ਬਣਿਆ ਸੀਗਾ, ਖਾਸ ਕਰਕੇ ਇਟਾਲੀਆ ਦੇ ਵਿੱਚ, ਕਿ ਇਟਾਲੀਅਨ ਲੈਂਗੁਏਜ ਨਾ ਆਉਣ ਕਰਕੇ ਜਿਹੜੇ ਕਾਫੀ ਸਟੂਡੈਂਟਸ ਸੀ ਨਹੀਂ ਸੀ ਕਰ ਸਕਦੇ ਲਾਇਸੈਂਸ, ਪਰ ਉਹਨਾਂ ਲਈ ਅਸੀਂ ਕਾਫੀ ਹੱਦ ਤੱਕ ਜਿਹੜਾ ਇਹ ਸਿੰਪਲ ਕੀਤਾ ਵਾ ਇਸ ਵਿਊ ਨੂੰ, ਕਿ ਅੱਜ ਉਹ ਸਾਰੇ ਹੀ ਲਾਇਸੈਂਸ ਕਰ ਵੀ ਰਹੇ ਨੇ ਅਤੇ ਅੱਗੇ ਸਾਡੇ ਸਟੂਡੈਂਟ ਜਿਹੜੇ ਸਾਡੇ ਨਾਲ ਹੋਰ ਵੀ ਪੜ੍ਹ ਰਹੇ ਨੇ, ਅਤੇ
ਅਸੀਂ ਇਹੀ ਸਾਰਿਆਂ ਨੂੰ ਕਹਿੰਦੇ ਹਾਂ ਕਿ ਤੁਸੀਂ ਸਾਡੇ ਨਾਲ ਜੁੜੋ, ਸਾਡਾ ਨੀਟਾ ਇਟਾਲੀਅਨ ਡਰਾਈਵਿੰਗ ਲਾਇਸੈਂਸ ਦੇ ਨਾਲ,